ਹੁਣ ਜੇ ਦੇਖੀਏ 150 ਤੋਂ 200 ਟਰੱਕ ਵਾਲੇ ਨੂੰ $40,000 ਕੀ ਕਰੂਗਾ। ਗੱਲਬਾਤ ਕਰਦੇ ਹਾਂ ਸੁਖੀ ਕਾਂਗੋੜਾ ਨਾਲ। ਕਾਂਗ ਸਾਹਿਬ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗਿਲ ਸਾਹਿਬ ਤੇ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਛਾ ਵੀਰ ਜੀ, ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ, ਹੁਣ ਇਹ ਦੱਸਿਓ ਕਿ ਤੁਹਾਡੇ ਥੋੜ੍ਹਾ ਜਿਹਾ ਕਰੋਨਾ ਦੀ ਜਿਹੜੀ ਕੇਸਿਸ ਨੇ ਉਹ ਕਮੀ ਤਾਂ ਹੋ ਰਹੀ ਆ, ਪਰ ਬਹੁਤ ਹੌਟ ਲਾਈਨ 'ਤੇ ਰਿਹਾ ਟੋਰਾਂਟੋ, ਅਤੇ ਮੁੱਖ ਮੰਤਰੀ ਮਿਸਟਰ ਫੋਰਡ ਨੇ ਬੜੀ ਕੋਸ਼ਿਸ਼ ਕੀਤੀ। ਬੜੇ ਉਹ ਇੱਕ ਸਖਤ ਕਿਸਮ ਦੇ ਐਡਮਿਨਿਸਟ੍ਰੇਟਰ ਨੇ। ਅਤੇ ਹੁਣ ਇਹ ਦੱਸਿਓ ਇੰਡਸਟਰੀ ਕੀ ਮਹਿਸੂਸ ਕਰ ਰਹੀ ਹੈ, ਇੱਕ ਕੰਪਨੀ ਜਿਹੜੀ ਤੁਸੀਂ ਚਲਾ ਰਹੇ ਹੋ, ਤੁਹਾਨੂੰ ਕਰੋਨਾ ਤੋਂ ਬਾਅਦ ਤੁਹਾਡਾ ਬਿਜ਼ਨਸ ਕੀ ਕਹਿ ਰਿਹਾ? ਇੰਡਸਟਰੀ ਜੀ ਬਹੁਤ ਟਫ ਹੋਈ ਹੋਈ ਆ। ਟਰੱਕਿੰਗ ਆਲਰੇਡੀ ਟਫ ਸੀਗੀ, ਹੋਰ ਟਫ ਹੋ ਗਈ। ਹੁਣ ਤਾਂ ਸਰਵਾਈਵਲ ਮੋਡ 'ਚ ਆਏ ਹੋਏ ਸਾਰੇ ਜਾਣੇ। ਹੁਣ ਸਿਚੁਏਸ਼ਨ ਇੱਦਾਂ ਹੋਈ ਹੋਈ ਆ ਵੀ ਹੁਣ ਪੈਸਾ ਬਣਾਉਣ ਦਾ ਨਹੀਂ ਕੋਈ ਸੋਚ ਰਿਹਾ, ਸਾਰੇ ਇਹ ਸੋਚਦੇ ਵੀ ਆਪਾਂ ਸਰਵਾਈਵ ਕਿਵੇਂ ਕਰਾਂਗੇ। ਅੱਛਾ, ਸਰਵਾਈਵ ਦੇ ਵਿੱਚ ਜੇ ਮੈਂ ਗੱਲ ਇਹ ਕਰਾਂ ਵੀ ਗ੍ਰੀਨਵੇ ਕੈਰੀਅਰਸ ਨੇ ਜੇ ਸਰਵਾਈਵਲ ਮੋਡ ਦੇ ਵਿੱਚ ਹੈ, ਇਹ ਬਿਲਕੁਲ ਸਭ ਨੂੰ ਪਤਾ, ਚਾਹੇ ਇੱਕ ਟਰੱਕ ਆ ਚਾਹੇ 10 ਚਾਹੇ 20, ਉਹਨੂੰ ਓਨੀ ਓਬਲੀਗੇਸ਼ਨ ਹੈ, ਫਿਰ ਕੀ ਕਰਾਂਗੇ ਇਹਨੂੰ ਜੇ ਇਹਦੇ ਵਿੱਚੋਂ ਨਿਕਲਣਾ? ਫਿਰ ਡਾਊਨ ਸਾਈਜ਼ ਹੋਏਗਾ, ਬਿਜ਼ਨਸ ਵਧੀਆ ਵਧਾਵਾਂਗੇ, ਰੇਟ ਵੱਧ ਲਵਾਂਗੇ, ਇਹਦੇ 'ਚੋਂ ਨਿਕਲੋਗੇ ਕਿਵੇਂ? ਫਿਰ ਇਹਦੇ ਵਿੱਚ ਕਈ ਸਟ੍ਰੈਟਜੀਜ਼ ਯੂਜ਼ ਕਰਦੇ। ਹੁਣ ਇੱਕ ਤਾਂ ਕਾਸਟ ਮਿਨੀਮਾਈਜ਼ ਕਰੀਏ, ਦੂਜੀ ਚੀਜ਼ ਵੀ ਜਿਹੜੀ ਕੋਈ ਫਾਲਤੂ ਖਰਚਾ ਉਹਨੂੰ ਬੰਦ ਕਰੀਏ। ਇਸ ਮੋਡ 'ਚ ਆ ਕੇ ਬੰਦਾ ਇਹ ਜ਼ਰੂਰ ਸੋਚਣਾ ਪੈਂਦਾ ਵੀ ਕਿਹੜੇ ਫੰਕਸ਼ਨ ਜ਼ਰੂਰੀ ਆ, ਕਿਹੜੇ ਨਹੀਂ, ਕਿੰਨੇ ਨਾਲ ਆਪਾਂ ਸਰਵਾਈਵ ਕਰ ਸਕਦੇ ਹਾਂ। ਪਰ ਅਲਟੀਮੇਟਲੀ ਇੰਡਸਟਰੀ ਉਦੋਂ ਹੀ ਚੱਲੂਗੀ ਜਦੋਂ ਬਿਜ਼ਨਸ ਦੁਆਰਾ ਪਿਕਅਪ ਹੋਇਆ। ਹੁਣ ਰੇਟਸ ਇੰਨੇ ਜ਼ਿਆਦਾ ਡਰੋਪ ਹੋ ਗਏ ਆ, ਇਟਸ ਅਨਬਿਲੀਵੇਬਲ। ਹੁਣ ਆਪਾਂ ਬਾਹਰ ਜੇ ਗੱਲ ਕਰਦੇ ਹਾਂ ਆਪਣੇ ਕਿਸੇ ਯਾਰ ਮਿੱਤਰ ਨਾਲ ਜਾਂ ਕੋਈ ਹੋਰ ਕੰਪਨੀ, ਉਹਨਾਂ ਨਾਲ ਸਾਰਿਆਂ ਦੇ ਇਹੀ ਮਨ 'ਚ ਆ ਵੀ ਪਹਿਲਾਂ ਤਾਂ ਡਰਾਈਵਰਸ ਦੀ ਸ਼ੋਰਟੇਜ ਸੀਗੀ, ਡਰਾਈਵਰਸ ਹੁਣ ਆ ਗਏ ਆ, ਹੁਣ ਬਿਜ਼ਨਸ ਦੀ ਸ਼ੋਰਟੇਜ ਆ ਗਈ ਆ। ਸੋ ਉਹਦੇ ਨਾਲ ਕੀ ਹੋਇਆ ਵੀ ਚਲੋ 20-30% ਟਰੱਕ ਉੱਦਾਂ ਖੜ੍ਹੇ ਆ, ਜਿਹੜੇ ਟਰੱਕ ਚੱਲਦੇ ਆ ਉਹ ਜਿਹੜੇ ਰੇਟਸ ਮਿਲ ਰਹੇ ਉਹ ਬਹੁਤ ਘੱਟ ਆ। ਫੋਰ ਐਗਜ਼ਾਮਪਲ ਜਿਹੜਾ $1,000 ਦਾ ਲੋਨ ਸੀ ਉਹ $600 ਮਿਲ ਰਿਹਾ। ਬੰਦੇ ਹੁਣ ਇਹ ਸੋਚਣ ਲੱਗ ਪਏ ਵੀ ਕੀ ਸਾਨੂੰ ਟਰੱਕ ਪਾਰਕ ਕਰਨਾ ਚਾਹੀਦਾ ਕਿ ਲੌਸ ਦੇ ਵਿੱਚ ਆਪਾਂ ਉਹਨੂੰ ਰਨ ਕਰੀਏ। ਦੈਟਸ ਦ ਡਿਲੇਮਾ ਸਾਰੇ ਜਿਹੜੇ ਫੇਸ ਕਰ ਰਹੇ ਆ, ਤੇ ਉਹਨੂੰ ਇੱਕ ਪਰਸਪੈਕਟਿਵ ਲਿਆਉਣਾ ਬਹੁਤ ਔਖੀ ਗੱਲ। ਟਰੂਡੋ ਉਹਨਾਂ ਦਾ ਪੈਕੇਜ ਆ ਜਿਹੜਾ ਉਹ ਬੜੇ ਸ਼ਬਦ ਸੋਹਣੇ ਲੱਗਦੇ, ਟਰੂਡੋ ਹੋਣੀ ਨਾ ਹੁੰਦੇ ਹੋਰ ਕੋਈ ਹੁੰਦਾ, ਖੈਰ ਸਰਕਾਰ ਤਾਂ ਸਰਕਾਰ ਏ ਸੀ, ਰਿਸੋਰਸ ਆਪਾਂ ਨੂੰ ਪਤਾ ਹੈ। ਉਹ ਜਿਹੜਾ ਪੈਕੇਜ ਹੈ ਕਿ 2,000 ਦੇ ਦਿਆਂਗੇ, 75% ਇੰਪਲਾਈ ਨੂੰ ਦੇ ਦਾਂਗੇ, ਤੁਹਾਡਾ ਡਰਾਈਵਰ ਆ ਕੋਈ ਉਹਨੂੰ 5,000 ਤੁਸੀਂ ਤਨਖਾਹ ਦੇ ਰਹੇ ਹੋ, ਤਾਂ ਉਹ ਕਹਿੰਦੇ ਅਸੀਂ ਉਹਦਾ 75% ਦੇ ਦਿਆਂਗੇ, $3,700 ਦੇ ਦਿਆਂਗੇ, ਉਹ ਕੰਮ ਕਰੂਗਾ ਟਰੱਕਿੰਗ ਇੰਡਸਟਰੀ 'ਚ? ਟਰੱਕਿੰਗ ਲਈ ਬਿਲਕੁਲ ਨਹੀਂ ਕੰਮ ਕਰੂਗਾ ਜੀ। ਜਿਹੜਾ ਉਹ $40,000 ਕਹਿ ਰਹੇ ਨੇ ਉਹ ਤਾਂ ਆਪਣੇ ਟਰੱਕਿੰਗ ਦੇ ਸਾਡੇ ਸਾਈਜ਼ ਦੀ ਫੀਟ ਹੀ ਤਾਂ ਮੈਨੂੰ ਲੱਗਦਾ ਕੁਛ ਦਿਨ ਵੀ ਨਹੀਂ ਚੱਲਦੇ ਉਹਦੇ ਨਾਲ। ਦੈਟਸ ਨਥਿੰਗ, ਸਾਡੇ ਲਈ ਨਹੀਂ ਹੈਗੀ ਕੋਈ ਚੀਜ਼। ਦੂਜੇ ਪਾਸੇ ਜਿਹੜੀ ਵੇਟ ਸਬਸਿਡੀ ਕੀਤੀ ਆ ਅਮਰੀਕਾ 'ਚ, ਭਾਅ ਜੀ ਪਹਿਲਾਂ ਮੇਰੇ ਤੁਸੀਂ ਉਹਨਾਂ ਨੇ ਵੀ ਵੈਰੀ ਬਿਊਟੀਫੁਲੀ ਗੱਲ ਕਹੀ ਪਈ ਆ ਵੀ ਜਿਹੜੇ ਆਪਣੇ ਹੁਣ ਜ਼ਿਆਦਾਤਰ ਡਰਾਈਵਰਸ ਉਹਨਾਂ ਨੂੰ ਸਾਰੇ ਪ੍ਰੋਫੈਸ਼ਨ ਤੋਂ, ਸੋ ਉਹ ਤਾਂ ਕੁਆਲੀਫਾਈ ਕਰ ਇਸ ਵੇਟ ਸਬਸਿਡੀ ਲਈ। ਸਾਡੇ ਲਈ ਫੇ ਵੀ ਆਰ ਲੈਫਟ ਆਊਟ ਦਾ ਵੇਟ ਸਬਸਿਡੀ, ਸਾਨੂੰ ਫੇ ਨਹੀਂ ਕੁਛ, ਵੀ ਆਰ ਆਲਰੇਡੀ ਹਰਡਿੰਗ ਈਵਨ ਦੋ ਵੀ ਆਰ ਐਨ ਐਸੈਂਸ਼ੀਅਲ ਸਰਵਿਸ। ਯੈਸ, ਵੀ ਆਰ ਨਾਟ ਗੈਟਿੰਗ ਡਿਜ਼ਰਵ। ਕਿਉਂਕਿ ਮੈਂ ਹੁਣ ਇਸ ਨੂੰ ਮੈਂ ਡਬਲ ਐਜ ਸੋਰਡ ਵਾਲੀ ਗੱਲ ਹੋ ਰਹੀ ਹੈ। ਇੱਕ ਬੰਨੇ ਤਾਂ ਸਾਨੂੰ ਬਲਦੀ ਦੇ ਬੂਥੇ ਇੰਡਸਟਰੀ ਨੂੰ ਪਾਇਆ ਜਾ ਰਿਹਾ ਵੀ ਟਰੱਕਰਸ ਹੈਵ ਟੂ ਮੂਵ, ਯੂ ਹੈਵ ਟੂ ਕੀਪ ਮੂਵਿੰਗ, ਦੂਸਰੇ ਬੰਨੇ ਰੇਟਸ ਨਹੀਂ ਮਿਲ ਰਹੇ। ਫਿਰ ਇਹ ਜਿਹੜਾ ਸਟਿਮੂਲਸ ਪੈਕੇਜ ਹੈ ਕਿਤੇ ਕਿਤੇ ਉੱਥੇ ਆਉਣਾ ਤਾਂ ਚਾਹੀਦਾ ਵੀ ਦੇਖੋ ਤੁਹਾਡੀ ਕੰਪਨੀ ਆ, ਤੁਹਾਡੇ 100 ਟਰੱਕ ਨੇ, ਤੁਸੀਂ 100 ਦੇ 100 ਚਲਾ ਰਹੇ ਹੋ, ਇੱਕ 'ਚ ਹਰ ਰੋਜ਼ $1,000 ਦਾ ਜਾਂ $500 ਦਾ ਸੇ $100 ਦਾ ਘਾਟਾ ਪੈ ਰਿਹਾ 24 ਘੰਟੇ 'ਚ। ਸਟਿਮੂਲਸ ਪੈਕੇਜ ਦਾ ਉੱਥੇ ਕੰਮ ਕਰਨਾ ਚਾਹੀਦਾ ਜੀ, ਜੇ ਟਰੱਕਿੰਗ ਖੜ੍ਹਦੀ ਹੈ ਲੋਕਾਂ ਦੇ ਚੁੱਲ੍ਹੇ ਨਹੀਂ ਮੰਗਣੇ, ਜੇ ਚੁੱਲ੍ਹੇ ਮੰਗਾਉਂਦੇ ਆ ਤਾਂ ਟਰੱਕਿੰਗ ਘਾਟੇ 'ਚ ਜਾ ਰਹੀ ਹੈ, ਤੁਹਾਡੇ ਹਿਸਾਬ ਨਾਲ ਫਿਰ ਕਿੱਥੇ ਜਿਹੜਾ ਵੈਜ ਹੈ ਉਹ ਕਿੱਥੇ ਫਿੱਟ ਹੋਣਾ ਚਾਹੀਦਾ? ਸੋਰੀ ਭਾਅ ਜੀ ਕਨੈਕਸ਼ਨ ਥੋੜ੍ਹਾ ਜਿਹਾ ਖਰਾਬ ਆ। ਸੋਰੀ, ਮੈਂ ਸੁਖੀ ਇਹ ਕਹਿ ਰਿਹਾ ਸੀ ਵੀ ਜੇ ਉਸ ਨੂੰ ਰਿਫੋਰਮ ਕਰਨਾ ਹੋਵੇ ਸਟਿਮੂਲਸ ਪੈਕੇਜ ਨੂੰ, ਕਿਉਂਕਿ ਉਹ ਫਿਰ ਤੁਹਾਡੇ ਹਿਸਾਬ ਨਾਲ, ਕਿਉਂ ਤੁਸੀਂ ਪ੍ਰੋਫੈਸ਼ਨਲ ਹੋ ਇਸ ਕੰਮ ਦੇ ਵਿੱਚੋਂ, ਮਾਲਕ ਹੋ, ਤੁਹਾਨੂੰ ਪਤਾ ਹੈ ਵੀ ਇਸ ਜਗ੍ਹਾ 'ਤੇ ਮੈਨੂੰ ਬੋਲਟ ਟਾਈਟ ਕਰਨਾ ਪੈਣਾ ਜਿਹੜੀ ਆਵਾਜ਼ ਆਉਣੋਂ ਹਟੇ।
ਸੋ ਸਟਿਮੂਲਸ ਪੈਕੇਜ ਕਿਹੋ ਜਿਹਾ ਹੋਵੇ ਜਿਹੜਾ ਤੁਹਾਡੀ ਇੰਡਸਟਰੀ ਦੇ ਠੀਕ ਆਵੇ? ਸਟਿਮੂਲਸ ਪੈਕੇਜ ਕਈ ਗੱਲਾਂ ਵਿੱਚ ਦੇਖਣੀ ਚਾਹੀਦੀਆਂ। ਇੱਕ ਤਾਂ ਕੰਪਨੀ ਦੀ ਸੇਲ ਦੇਖਣੀ ਚਾਹੀਦੀ ਹੈ, ਸੇਲ ਕਿੰਨੀ ਆ, ਉਹ ਤੋਂ ਪਰਸਪੈਕਟਿਵ ਹੋ ਜਾਊਗਾ ਵੀ ਇਹਦੇ ਐਕਸਪੈਂਸਿਸ ਕਿੰਨੇ ਆ। ਹੁਣ ਸਾਰਿਆਂ ਨੂੰ ਪਤਾ ਟਰੱਕਿੰਗ ਵਿੱਚ ਮਾਰਜਨ ਕਿੰਨੇ ਕਿੰਨੇ। ਦੂਜੀ ਚੀਜ਼, ਜਿਹੜੀ ਵੇਜ ਸਬਸਿਡੀ ਆ ਉਹ ਸਿਰਫ ਪੇਰੋਲ ਵਾਲੇ ਇੰਪਲੋਈਜ਼ ਨੂੰ ਨਹੀਂ ਹੋਣੀ ਚਾਹੀਦੀ, ਜੇ ਸਬ ਕੰਟਰੈਕਟਰਸ ਹੈਗੇ ਜਿਹੜੇ ਕਾਰਪੋਰੇਸ਼ਨ ਤੇ ਆ ਉਹਨਾਂ ਨੂੰ ਵਿੱਚ ਇੰਕਲੂਡ ਹੋਇਆ ਹੋਣਾ ਚਾਹੀਦਾ, ਫੇਰ ਜਾ ਕੇ ਟਰੱਕਿੰਗ ਦੀ ਥੋੜ੍ਹੀ ਜਿਹੀ ਹੈਲਪ ਹੋ ਸਕਦੀ ਆ। ਪਰ ਇੱਕ ਮੈਂ ਇੱਥੇ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਇਸ ਸਿਚੁਏਸ਼ਨ ਦੇ ਆ ਕੇ ਸਾਰੇ ਬੰਦਿਆਂ ਨੂੰ ਹੁਣ ਇਹ ਜ਼ਰੂਰ ਅਹਿਸਾਸ ਹੋ ਰਿਹਾ ਵੀ ਰਿਲੇਸ਼ਨਸ਼ਿਪਸ ਕਿੰਨੀਆਂ ਜ਼ਰੂਰੀ ਨੇ, ਬਿਲਕੁਲ ਤੁਹਾਡੇ ਡਰਾਈਵਰਸ ਨਾਲ, ਤੁਹਾਡੇ ਐਨੋਪਰੇਟਰਾਂ ਨਾਲ, ਤੁਹਾਡੇ ਇੰਪਲੋਈਜ਼ ਨਾਲ, ਸਪੈਸ਼ਲੀ ਤੁਹਾਡੇ ਬੈਂਕ ਨਾਲ ਤੇ ਲੀਸਿੰਗ ਕੰਪਨੀ ਨਾਲ। ਟਰੂਡੋ ਜੋ ਮਰਜ਼ੀ ਕਰੇ ਜਾਂ ਕਰੇ, ਪਰ ਅਸਲੀਅਤ ਵਿੱਚ ਜਿਹਦੇ ਕਰਕੇ ਟਰੱਕਿੰਗ ਸਰਵਾਈਵ ਕਰ ਰਹੀ ਆ ਉਹ ਹੈਗੀ ਆ ਬੈਂਕਾਂ ਲਈ ਜਿਹਨਾਂ ਨੇ ਡਿਫਰ ਕੀਤੀਆਂ ਹੋਈਆਂ ਪੇਮੈਂਟਾਂ। ਹਾਂ ਜ਼ਰੂਰ, ਉਹ ਟੋਟਲ ਡਿਫਰ ਨਹੀਂ ਹੈਗੀ, ਇੰਟਰਸਟ ਆਪਾਂ ਫਿਰ ਵੀ ਪੇ ਕਰਦੇ ਹਾਂ, ਪਰ ਉਹਨਾਂ ਕਾਫੀ ਹੈਲਪ ਕਰੀ ਆ। ਤੇ ਦੂਜੇ ਪਾਸੇ ਜਿਹੜੇ ਆਪਣੇ ਟਰੱਕ ਡਰਾਈਵਰ ਓਨਰ ਤੇ ਇੰਪਲੋਈ ਹਜੇ ਵੀ ਕੰਮ ਤੇ ਆ ਰਹੇ ਨੇ, ਈਵਨ ਦੋ ਉਹਨਾਂ ਦੇ ਸਾਰੇ ਪਰਿਵਾਰ ਘਰੇ ਬੈਠੇ ਆ, ਡਰਾਈਵਰ ਦੀ ਵਾਈਫ ਪਾਰੀ ਤੁਸੀਂ ਨਾ ਜਾਓ ਕੰਮ ਤੇ, ਉਹ ਫਿਰ ਵੀ ਉਹ ਨਹੀਂ ਹਟਦੇ। ਆਪਣੇ ਹੈਗੇ ਤੁਹਾਨੂੰ ਐਗਜ਼ਾਮਪਲ ਦੱਸਦਾ, ਸਾਡੇ ਕਈ ਬੰਦੇ ਆ ਜਿਹੜੇ ਕੰਮ ਤੇ ਜਾਂਦੇ ਆ ਵਾਪਸ ਆ ਕੇ ਟਰੱਕ ਵਿੱਚ ਸੋਏ ਬਿਕਾਜ਼ ਦੇ ਡੋਂਟ ਵਾਂਟ ਟੂ ਗੋ ਹੋਮ, ਦੇ ਡੋਂਟ ਵਾਂਟ ਟੂ ਐਕਸਪੋਜ਼ ਦੇਅਰ ਫੈਮਿਲੀਜ਼ ਇਨ ਕੇਸ ਦੇ ਹੈਵ ਬੀਨ ਐਕਸਪੋਜ਼ਡ। ਆਈ ਰੀਅਲੀ ਹੈਵ ਟੂ ਕਮੈਂਡ ਦੈਟ। ਯੈਸ, ਉਹ ਬੰਦੇ ਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਜਿਹੜਾ ਗਵਰਨਮੈਂਟ ਹਜੇ ਕੁਛ ਪ੍ਰੋਵਾਈਡ ਨਹੀਂ ਕਰ ਰਹੀ ਉਸ। ਬਹੁਤ ਟਫ ਟਾਈਮ ਆ। ਅੱਛਾ ਸੁਖੀ ਜੀ, ਇੱਕ ਹੋਰ ਮੈਂ ਗੱਲ ਕਹਿਣਾ, ਤੁਹਾਡੀ ਸਿਟੀ ਉਹ ਤਾਂ ਉਹ ਲੈਂਡ ਆਫ ਟਰਾਂਸਪੋਰਟਰਸ ਹੈ, 200-200, 100-100, 300-300 ਯੂਨਿਟ ਹੈ, 10,000 ਟਰੱਕ ਜੇ ਕਰਨੇ ਹੋਣ ਤਾਂ ਤੁਸੀਂ ਕੁਝ ਹੀ ਕੰਪਨੀਆਂ ਨੇ। ਮੇਰੇ ਖਿਆਲ ਹੁਣ ਸਿਰ ਜੋੜ ਕੇ ਬੈਠਣ ਦਾ ਵੀ ਸਮਾਂ ਹੈ ਕਿ ਕੋਸਟ ਜਿਹੜੀ ਫਰੇਟ ਕਟਿੰਗ ਹੈ, ਇੱਥੋਂ ਕਟਿੰਗ ਹੈ, ਇੱਕ ਦੂਜੇ ਦੀ ਲੱਤ ਖਿੱਚਣੀ ਹੈ, ਮੈਨੂੰ ਲੱਗਦਾ ਰੀਜੁਬੀਨੇਟ ਕਰਨੇ ਚਾਹੀਦੇ ਜੇ ਲੀਜ਼ਿੰਗ ਅਤੇ ਬੈਂਕ ਦੇ ਰਿਲੇਸ਼ਨ ਨੇ। ਤੁਹਾਡੇ ਆਪਣੇ ਵੀ ਤੁਸੀਂ ਬੈਠ ਕੇ ਹੁਣ ਤੁਹਾਨੂੰ ਡਿਸਾਈਡ ਕਰਨਾ ਚਾਹੀਦਾ ਵੀ ਅਸੀਂ ਕਿਸ ਤਰ੍ਹਾਂ ਅਤੇ ਕਿਵੇਂ ਗਾਹਾਂ ਮੂਵ ਕਰਨਾ। ਮੈਂ ਤੁਹਾਡੇ ਨਾਲ ਪੂਰਾ ਐਗਰੀ ਕਰਦਾ ਇਸ ਚੀਜ਼ ਤੇ, ਪਰ ਇਟਸ ਅਨਫੋਰਚੁਨੇਟ ਟੂ ਸੇ ਆਪਣੀ ਕਮਿਊਨਿਟੀ ਇਕੱਠੀ ਕਰਨੀ ਬਹੁਤ ਔਖੀ ਆ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਇਟਸ ਅ ਟਫ ਥਿੰਗ ਟੂ ਸੇ, ਦੋ ਤਿੰਨ ਵਾਰੀ ਕੋਸ਼ਿਸ਼ ਕਰ ਚੁੱਕੇ ਹਾਂ, ਅੱਗੇ ਵੀ ਪਿਛਲੀ ਵਾਰੀ ਵੀ ਜਦੋਂ ਪਰੇਡ ਚੇਂਜ ਹੋਇਆ ਸੀ, ELD ਆਈਆਂ ਸੀਗੀਆਂ, ਕੋਸ਼ਿਸ਼ ਕੀਤੀ ਸਾਰਿਆਂ ਨੂੰ ਇਕੱਠੇ ਕਰਨ ਦੀ, ਉਹਦੇ ਵਿੱਚ ਭਾਜੀ ਜਿਹੜੀ ਤੁਸੀਂ ਗੱਲ ਕੀਤੀ ਉਹੀ ਫੇ ਹੋ ਗਈ ਸੀ। ਪਰ ਐਤਕੀ ਜ਼ਰੂਰ ਜੇ ਕੋਈ ਇੱਦਾਂ ਦਾ ਚੀਜ਼ ਹੋ ਕੇ ਬੰਦੇ ਇਕੱਠੇ ਹੋ ਸਕਦਾ, ਇਹ ਇੰਡਸਟਰੀ ਫੇਰ ਵੱਧ ਸਕਦੀ ਆ। ਤੁਹਾਡੀ ਗੱਲ ਸਹੀ ਆ, ਟੋਰਾਂਟੋ ਦੇ ਵਿੱਚ ਬਹੁਤ ਟਰੱਕਰਸ ਨੇ, ਬਹੁਤ ਕੰਪਨੀਆਂ ਨੇ, ਜੇ ਆਪਾਂ ਇਕੱਠੇ ਹੋ ਜਾਈਏ ਵੀ ਕੁਡ ਰੀਅਲੀ ਚੇਂਜ ਥਿੰਗਸ। ਰਾਈਟ ਨਾਓ ਐਡਵਾਂਟੇਜ ਲੈ ਕੇ ਜਾ ਰਹੇ ਨੇ ਸ਼ਿਪਰਸ ਤੇ ਬ੍ਰੋਕਰਸ, ਟ੍ਰੇਡ ਯੈਸ ਬ੍ਰੋਕਰਸ, ਬਿਲਕੁਲ, ਕਿਉਂਕਿ ਜਿਨ੍ਹਾਂ ਦੀ ਇਕੱਠੇ ਆ ਹਾਂ ਰੇਟ ਕਿੱਥੇ। ਕੋਈ ਅਬਲੀਗੇਸ਼ਨ ਨਹੀਂ, ਦਫ਼ਤਰਾਂ 'ਚ ਬੈਠੇ ਆ ਅਤੇ ਇੱਕ 2.5 ਲੱਖ ਦੀ ਰਿਗ ਤੁਰੀ ਫਿਰਦੀ ਹੈ, ਮੁੰਡੇ ਸਾਡੇ ਵਕਤ ਦੇ ਮਾਰੇ ਤੁਰੇ ਫਿਰਦੇ ਆ, ਉਹਨਾਂ ਨੂੰ ਮੁਸ਼ਕਲ ਹੈ, ਉਹਨਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ, ਅਤੇ ਇਹ ਬੜਾ ਬੜੇ ਵੱਡੇ ਇਸ਼ੂ ਨੇ। ਅਤੇ ਇਹ ਬਿਲਕੁਲ ਸਾਡੇ ਸੈਂਚੂਰੀਅਨ ਟਰੱਕਿੰਗ ਵਾਲਿਆਂ ਨੇ ਲਿਖਿਆ ਜੀ ਕਿ ਜਿਹੜਾ ਸਟਿਮੂਲਸ ਪੈਕੇਜ ਹੈ ਉਹਦੇ ਵਿੱਚ ਜਿਹੜੀ ਇਕਿਪਮੈਂਟ ਪੇਮੈਂਟਸ, ਕਮਰਸ਼ੀਅਲ ਲੀਜ਼, ਇੰਸ਼ੋਰੈਂਸ ਅਤੇ ਪੇਰੋਲ ਅਤੇ ਸਿਟਿੰਗ ਟਰੱਕ ਟ੍ਰੇਲਰ ਪਲੱਸ ਇੰਸ਼ੋਰੈਂਸ ਐਂਡ ਓਪਰੇਟਿੰਗ ਕੋਸਟ ਆਰ ਅਰਾਊਂਡ 8,000 ਪਰ ਵਹੀਕਲ ਪਰ ਮੰਥ, ਇਜ਼ ਦੈਟ ਰਾਈਟ? ਦੁਬਾਰਾ ਦੱਸੋ, $8,000 ਪਰ ਮੰਥ? $8,000 ਦਾ ਉਹ ਕਹਿੰਦੇ ਵੀ ਸਾਰਾ ਖਰਚਾ ਆ ਰਿਹਾ, ਟਰੱਕ ਖੜ੍ਹਾ ਜਿਹੜਾ ਸਾਰਾ ਖਰਚਾ ਪਾ ਕੇ ਪਰ ਮੰਥ ਜਿਹੜਾ ਟਰੱਕ ਖੜ੍ਹਾ ਹੈ ਉਹ 'ਚ ਇੰਸ਼ੋਰੈਂਸ, ਲੀਜ਼, ਪ੍ਰੋ ਰੇਟ ਵਗੈਰਾ ਸਭ ਕੁਝ ਪਾ ਕੇ $8,000 ਤੱਕ ਕਿਸ਼ਤਾਂ ਪਾ ਕੇ ਖਰਚਾ ਆ ਰਿਹਾ ਖੜ੍ਹੇ ਟਰੱਕ ਦਾ। ਹਾਂਜੀ, ਐਗਜ਼ੈਕਟ ਨੰਬਰ ਤਾਂ ਨਹੀਂ ਮੈਨੂੰ ਪਤਾ, ਪਰ ਇਹਦੇ ਨੇੜੇ ਹੀ ਆ, ਪਾਰਕਿੰਗ ਪਾ ਕੇ ਫੀਸ, ਪੇਮੈਂਟਸ, ਇੰਸ਼ੋਰੈਂਸ, ਐਵਰੀਥਿੰਗ ਇੰਨਾ ਇਹਦਾ ਹੈਗਾ। ਕੰਗ ਸਾਹਿਬ ਧੰਨਵਾਦ ਤੁਹਾਡੇ ਸਮੇਂ ਲਈ, ਮੈਨੂੰ ਪਤਾ ਹੈ ਬੜਾ ਟਫ ਟਾਈਮ ਹੈ, ਜਦ ਪ੍ਰੋਸਪੈਰਿਟੀ ਹੁੰਦੀ ਆ ਗੱਲਾਂ ਕਰਨੀਆਂ ਵਧੀਆ ਲੱਗਦੀਆਂ ਨੇ, ਪਰ ਜਿਵੇਂ ਗਰਚਾ ਉਹਨਾਂ ਨੇ ਕਿਹਾ ਬੜਾ ਪੋਜ਼ਿਟਿਵ ਐਟੀਟਿਊਡ ਸੀ, ਉਸ ਤਰ੍ਹਾਂ ਹੀ ਤੁਸੀਂ ਅਤੇ ਤੁਸੀਂ ਫਰੰਟ ਲਾਈਨਰ ਜਿਹੜੇ ਵਾਰੀਅਰ ਨੇ ਜਿਹੜੇ ਹਰ ਰੋਜ਼ ਸੜਕ ਨੂੰ ਹਾਈਵੇ ਨੂੰ ਹਿੱਟ ਕਰਦੇ ਆ ਉਹਨਾਂ ਨੂੰ ਤੁਸੀਂ ਮਾਣ ਦਿੱਤਾ, ਧੰਨਵਾਦ ਅਤੇ ਸ਼ੁਭ ਸ਼ਾਮਾਂ, ਛੇਤੀ ਫਿਰ ਗੱਲ ਹੋਵੇਗੀ। ਥੈਂਕ ਯੂ ਵੈਰੀ ਮੱਚ ਗਿੱਲ ਸਾਹਿਬ, ਥੈਂਕ ਯੂ। ਸੁਖੀ ਕਾਂਗੋਣੀ ਓਨਰ ਜਿਹੜੇ ਨੇ ਗ੍ਰੀਨ ਵੇ ਕੈਰੀਅਰਸ ਦੇ, ਟੋਰਾਂਟੋ ਦੇ ਵਿੱਚ 100 ਤੋਂ ਪਲੱਸ ਟਰੱਕ ਨੇ। ਪਹਿਲਾਂ ਗਰਚਾ ਸਾਹਿਬ ਨੇ ਗੱਲ